ਅਸਲਾਮ ਅਲੈਕੁਮ ਜੀ ਦੀਨਦਾਰ ਭਰਾ, ਅੱਜ ਕੱਲ੍ਹ ਨਾ ਇੱਥੇ ਮਾਰਕੀਟ 'ਚ ਗੰਨਾ ਫੜ ਕੇ ਲੈਕਰ ਵਾਲੇ ਬੜੇ ਫਿਰਦੇ ਨੇ ਅਤੇ ਉਹ ਰੰਗ ਕਾਲਾ ਹੋ ਜਾਂਦਾ। ਮੈਂ ਕੱਲ੍ਹ ਵੀ ਇੱਕ ਵੀਡੀਓ 'ਚ ਕਿਹਾ ਸੀ ਵੀ ਇਹ ਸਾਡੇ ਕੋਲ ਇਹੋ ਹੀ ਬੰਦਾ ਹੈ ਲੈਕਰ ਮਾਰਨ ਵਾਲਾ, ਇਹਦੀ ਕੋਈ ਵਾਧਾ ਘਾਟਾ ਹੋਵੇ ਗਰੰਟ ਕੋਈ ਕਿਸੇ ਕਿਸਮ ਦੀ ਡਿਮਾਂਡ ਤੋਂ ਅਸੀਂ ਦਿੰਦੇ ਹਾਂ, ਲੈਕਰ ਖਰਾਬ ਹੋਵੇ ਤਾਂ। ਬਾਕੀ ਜਿਹੜਾ ਵੇਖਣ ਜਿਹੜਾ ਮਾਰਦੇ ਨਾ ਉਂਝ ਦਾ ਜਿਵੇਂ ਇਹ ਨਹੀਂ ਬਦਲ ਗਿਆ, ਇੰਝ ਹੋ ਜਾਂਦਾ ਅਤੇ ਬਾਕੀ ਉੱਥੇ ਦੁਬਾਰਾ ਨੂੰ ਸੈੱਟ ਕਰਕੇ ਦੇਵੇਦਾ ਅਤੇ ਸਾਡੇ ਕੋਲ ਇਹੋ ਹੀ ਬੰਦਾ ਲੈਕਰ ਮਾਰਨ ਵਾਲੇ ਬੜੇ ਫਿਰਦੇ ਨੇ। ਬਾਕੀ ਜਿਹੜਾ ਲੈਕਰ ਸਹੀ ਹੈ ਨਾ ICI ਕੰਪਨੀ ਦਾ ਹੈਗਾ, ਦੂਸਰੀ ਕੰਪਨੀ ਦਾ ਚੰਗਾ ਉਹ 10 ਤੋਂ 12 ਹਜ਼ਾਰ ਦਾ ਵੱਜਦਾ, ਉਵੇਂ 6-7 ਹਜ਼ਾਰ 'ਚ ਮਾਰ ਦਿਓ ਟਰੈਕਟਰ ਦੇ ਬਜਾਏ ਫਾਇਦੇ ਦੇ ਨੁਕਸਾਨ ਹੋ ਜਾਂਦਾ ਅਤੇ ਉਹਨਾਂ ਕੋਲ ਬਚੋ। ਲੈਕਰ ਜਿਹੜੇ ਨੇ ਇਹੋ ਹੀ ਬੰਦਾ ਇੱਥੇ ਮਾਰਦਾ ਅਤੇ ਮਰਵਾਉਣਾ ਹੋਵੇ। ਅਸਲਾਮ ਵਾਲੇਕੁਮ ਦੋਸਤੋ, ਆਪਣਾ ਚੈਨਲ PK ਯੂਟਿਊਬ ਚੈਨਲ 'ਚ ਖੁਸ਼ ਆਮਦੀਦ ਕਹਿੰਦੇ ਜੀ ਸਾਰੇ ਭਰਾਵਾਂ ਨੂੰ। ਮੌਜੂਦ ਹਾਂ ਜੀ ਐਮ ਰਿਆਜ਼ ਕੇ ਜ਼ਰੀ ਹਾਲਾਤ, ਹੱਲ ਤੁਸੀਂ ਦੇਖਦੇ ਪਏ ਹੋ, ਅੱਜ ਕੱਲ੍ਹ ਸੀਜ਼ਨ ਹੈ ਜੀ ਹੱਲਾਂ ਦਾ ਅਤੇ ਹੱਥੋਂ ਹੱਥ ਨਾਲ ਸੇਲ ਹੋ ਰਹੀਆਂ ਨੇ ਅਤੇ ਜ਼ਿਮੀਂਦਾਰ ਆਉਂਦੇ ਨੇ ਸਪੈਸ਼ਲ, ਆਉਂਦੇ ਸਾਡੀ ਵੀ ਵੀਡੀਓ ਤਿਆਰ ਹੋ, ਅਸੀਂ ਤੁਹਾਡੀ ਵੀਡੀਓ ਦੇਖ ਕੇ ਆਏ ਹਾਂ ਭਾਈ ਰਿਆਜ਼ ਕੋ ਹੱਲ ਲੈਣ ਅਤੇ ਸਾਡੀ ਵੀ ਵੀਡੀਓ ਤਿਆਰ ਹੋਇਆ। ਸਪੈਸ਼ਲ ਭਾਈ ਹੁਣੀ ਆਏ ਨੇ ਜੀ, ਇਹਨਾਂ ਦੇ ਆਹ ਚੈੱਕ ਕਰੋ ਜੀ, ਸਬਜ਼ ਰੰਗ ਕਰਵਾਇਆ, ਹੱਲ ਸਪੈਸ਼ਲ ਤਿਆਰ ਕਰਵਾਈਏ ਭਾਈ ਰਿਆਜ਼ ਕੋ। ਇਹ ਤੁਹਾਨੂੰ ਡਿਟੇਲ ਦਿੰਦੇ ਹਾਂ, ਕੀਮਤ ਵੀ ਦੱਸਦੇ ਹਾਂ ਜੀ, ਕਿੰਨੇ ਜਿਹਨਾਂ ਤਿਆਰ ਕਰਵਾਈ ਆਰਡਰ ਦੇ ਨਾਲ ਸਪੈਸ਼ਲ ਤਿਆਰ ਕਰਵਾਈ ਅਤੇ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਭਾਈ ਰਿਆਜ਼, ਕੀ ਹਾਲ ਠੀਕ ਠਾਕ ਹੋ? ਅੱਲਾ ਪਾਕ ਦਾ ਸ਼ੁਕਰ ਵੀਰ, ਠੀਕ ਦੋਵਾਂ। ਅਤੇ ਕਿੱਥੋਂ ਆਏ ਭਾਜੀ ਹੁਣੀ? ਇਹ ਭਾਈ ਹਰੀ ਆਏ ਨੇ ਗੁਜਰਾਂ ਵਾਲੇ ਤੋਂ। ਅੱਛਾ, ਅਤੇ ਇਹਨਾਂ ਨੈੱਟ ਤੋਂ ਵੀਡੀਓ ਵੇਖੀ ਸੀ, ਹੱਲਾਂ ਲਈਆਂ ਨੇ ਇਹਨਾਂ ਜਨਾਬ ਜੀ ਜੀ, ਅਤੇ ਮਾਸ਼ਾਅੱਲਾ ਜ਼ਬਰਦਸਤ ਕਿਸਮ ਦਾ ਹੱਲਾਂ ਬਣਾ ਕੇ ਦਿੱਤੀਆਂ ਨੇ ਅਤੇ ਬਾਕੀ ਇਹਨਾਂ ਪੇਂਟ ਆਪਣੀ ਮਰਜ਼ੀ ਦਾ ਕਰਵਾਇਆ ਹੈ। ਇਹ ਹੱਲਾਂ ਭਾਰਾਂ ਦੀਆਂ ਨੇ, ਇਹ ਲਿਜਾ ਰਹੀ ਮਰੀਜ਼ ਕੇ, ਉਹ ਜਾ ਰਹੀ ਸਿਗੇ ਦਾ ਲਿਜਾਰਾਂ ਚੱਕ ਅਤੇ ਉੱਥੇ ਨਾਲ ਘੁਮਿਆਰਾਂ ਵਾਲੀ ਪੁਰੀ ਹੈ ਅਤੇ ਸਰਦਾਰ ਸਦੀਕ ਡੋਗਰ ਸਾਹਿਬ ਨੇ 11 ਚੱਕ ਉਹਨਾਂ ਦੀਆਂ ਹੱਲਾਂ ਨੇ ਅਤੇ ਹੱਲਾਂ ਜਿਹੜੀਆਂ ਵੀ ਬਣਾਈ ਦੀਆਂ ਨੇ ਇਨਸ਼ਾਅੱਲਾ ਜ਼ਬਰਦਸਤ ਹੱਲ ਪਈ ਹੈ ਨਾ, ਸਾਰਾ ਕਿੱਲ ਕਾਬਲਾ ਇਹਨੂੰ ਵਲੈਤੀ ਪਾਇਆ ਹੈ, ਫਿਰ ਇੱਕ ਅੱਧਾ ਸੂਤਰ ਹੁੰਦਾ ਕੁੜ ਦੇ ਮਿਹਨਤ ਨਹੀਂ ਚਕੀਚਾ, ਫਰੇਮ ਲੇਵਲ ਗੁਣੀਆਂ ਹਰ ਸ਼ੈ ਬਰਾਬਰ ਬੰਦੇ ਬਣਾਉਂਦੇ ਨੇ, ਲੇਵਲ ਗੁਣੀਆਂ ਕੀਤਾ ਨਾ, ਇੱਕ ਥੈ ਡੁੱਬ ਗਈ ਅਤੇ ਇੱਕ ਤਰ ਗਈ, ਇਹ ਤਾਂ ਇਨਸ਼ਾਅੱਲਾ ਜਿਵੇਂ ਸਿੱਕੇ ਬੰਦ ਕੋਈ ਚੀਜ਼ ਹੁੰਦੀ ਨਾ ਉਹ ਬਣੀ ਹੈ। ਬਾਕੀ ਇਹ 13 ਫਾਲੀ ਹੱਲ ਹੈ, ਇਹਨੂੰ ਉਹਨੂੰ 4 ਪਲੇਟਾਂ ਪਈਆਂ ਨੇ, ਇਹਨੂੰ 6 ਪਈਆਂ ਨੇ ਤਾਂ ਕਿ ਫਰੇਮ ਟੇਢਾ ਮੇਢਾ ਨਾ ਹੋਵੇ, ਬਾਕੀ ਉਸ ਤੋਂ ਬਾਅਦ ਪੱਟੀਆਂ ਨੇ ਉਹ ਬੜੀਆਂ ਭਾਰੀਆਂ ਲਾਈਆਂ ਨੇ, ਕੁੜ ਜਿਹੜੇ ਨੇ ਉਹ ਵਲੈਤੀ ਲੱਗੇ ਨੇ, ਸਪਰਿੰਗ ਕਾਬਲੇ ਸਾਰੇ ਵਲੈਤੀ ਬਿਹਤਰੀਨ ਜ਼ਬਰਦਸਤ ਕਿਸਮ ਦੇ ਇਹਨਾਂ ਵੱਲਾਂ ਬਣਾਈਆਂ ਨੇ। ਅੱਛਾ, ਇਹਨੂੰ 6 ਪਲੇਟਾਂ ਲਾਈਆਂ ਨੇ? ਇਹਦਾ ਫਰੇਮ 11 ਫੁੱਟ ਹੈ ਨਾ, 2 ਇੰਚੀ ਘੱਟ 11 ਫੁੱਟ ਤਾਂ ਕਿ ਫਰੇਮ ਟੇਢਾ ਨਾ ਹੋਵੇ। 13 ਤੇ 11 ਇਹ 13 ਹੱਲਾਂ ਨੇ, ਉਹ ਪਿਛਲੀਆਂ ਉਹ ਜਿਹੜੀਆਂ ਹੱਲਾਂ ਨੇ ਉਹ 11 ਨੇ ਅਤੇ ਮਾਸ਼ਾਅੱਲਾ ਜ਼ਬਰਦਸਤ ਕਿਸਮ ਦੇ ਇਹਨਾਂ ਵੱਲਾਂ ਭਾਰਨ ਬਣਾ ਕੇ ਦਿੱਤੀਆਂ ਨੇ। ਬਾਕੀ ਜਨਾਬ ਇੱਕ ਇਹ ਹੱਲ 13 ਫਾਲੀ ਹੈ, ਇਹ ਜਿਹੜੀ ਹੱਲ ਪਈ ਹੈ ਇਹ 11 ਫਾਲੀ ਹੈ, ਇਹ ਜਿਹੜੀ ਅਤੇ ਜਿਹੜੀ ਉਹ ਪਈ ਹੈ ਉਹ ਵੀ 11 ਫਾਲੀ ਪਲੇਟ ਵਾਲੀ ਹੈ ਅਤੇ ਬਹੁਤ ਬਹੁਤ ਜ਼ਬਰਦਸਤ ਕਿਸਮ ਦੀਆਂ ਜਨਾਬ ਹੱਲਾਂ ਬਣੀਆਂ ਨੇ ਅਤੇ ਕੀ ਕੀਮਤ ਦੇ ਰਹੇ ਹੱਲਾਂ ਦੀ? ਇਹ 2,40,000 ਦੀਆਂ ਨੇ, ਇਹ 1,95,000 ਦੀਆਂ ਨੇ, 11 ਫਾਲੇ ਉਹ ਵੀ 1,95,000 ਦੀਆਂ ਨੇ, ਆਮ ਵੇਖਦੀਆਂ ਪਈਆਂ ਨੇ ਜਨਾਬ ਹੱਲਾਂ 70,000 ਦੀਆਂ 65,000 ਦੀਆਂ, ਬੰਦੇ 2,30,000 ਦਿੰਦੇ ਨੇ। ਬਾਕੀ ਜ਼ਬਰਦਸਤ ਕਿਸਮ ਦੀ ਹੱਲ ਬਣਾਈ, ਅੱਗੋਂ ਪਿੱਛੋਂ ਸਾਰੇ ਮੱਥੇ ਨਾਲ ਬੰਦ ਕੀਤੇ ਤਾਂ ਕਿ ਕੋਈ ਪੱਟੀ ਨਾ ਪਟੀਚੇ, ਬਾਹਰ ਵਾਲੀ ਕੋਟ 'ਤੇ ਜ਼ੋਰ ਜ਼ਿਆਦਾ ਆਉਂਦਾ, ਬੰਨੇ ਬੁੰਨੇ ਨੇ ਵੱਜਦੇ ਨੇ, 3 ਸਪਰਿੰਗ ਪਾ ਦਿੱਤੇ ਨੇ, ਬਾਕੀ ਸਾਰੇ 2 ਨੇ, ਗੀਲਾ ਗੁਲਾ ਵੀ ਇਹਨਾਂ 'ਚ ਬਹੁਤ ਜ਼ਿਆਦਾ ਜਨਾਬ ਘੱਟ ਆਏਗਾ। ਅਤੇ ਤਿਆਰ ਕਰਵਾਈਆਂ ਨੇ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਭਾਜੀ ਕੀ ਹਾਲ ਹੈ? ਠੀਕ ਠਾਕ ਹੋ? ਸ਼ੁਕਰ ਅੱਲਾ ਠੀਕ ਠਾਕ। ਭਾਜੀ ਕੀ ਨਾਮ ਆਪਣਾ? ਮੇਰਾ ਨਾਮ ਇਮਰਾਨ ਬਾਠ। ਅੱਛਾ ਜੀ, ਕਿਹੜੇ ਇਲਾਕੇ 'ਚ ਆਏ ਹੋ? ਮੈਂ ਗੁਜਰਾਂ ਵਾਲੇ ਹੋਇਆ, ਨਵਾਬ ਚੌਂਕ ਮਧੂ ਖਲੀਲ। ਅੱਛਾ ਜੀ, ਸਪੈਸ਼ਲ ਤੁਸੀਂ ਵੀਡੀਓ ਦੇਖ ਕੇ ਆਏ ਹੋ, ਹੱਲਾਂ ਤੁਸੀਂ ਤਿਆਰ ਕਰਵਾਈਆਂ ਆਰਡਰ 'ਤੇ? ਹਾਂਜੀ, 13 ਫਾਲੇ ਤਿਆਰ ਕਰਵਾਈ? ਹਾਂਜੀ, 13 ਫਾਲਾਂ ਅੱਗੇ ਸਾਡੇ ਕੋਲ 11 ਫਾਲੀ ਸੀ ਜੀ ਜੀ, ਅਤੇ ਲੇਕਿਨ ਅਸਾਂ ਹੁਣ 13 ਫਾਲੀ ਬਣਵਾਈ ਹੈ ਸਾਡੇ ਸ਼ੌਕ ਨਾਲ।
ਅੱਛਾ ਕੀ ਤੁਹਾਨੂੰ ਅੱਛਾ ਲੱਗਾ ਜੇ ਤੁਸੀਂ ਵੇਖ ਕੇ ਆਏ ਸਪੈਸ਼ਲ ਤੁਸੀਂ ਆਰਡਰ ਦਿੱਤਾ ਹੈ ਨਾ ਇਹਨਾਂ ਦਾ ਮਟੀਰੀਅਲ ਵੀ ਅੱਛਾ ਹੈ ਤੇ ਲੇਕਿਨ ਇਹਨਾਂ ਦੀ ਬਣਤਰ 'ਚ ਵੀ ਫਰਕ ਹੈ ਤੇ ਉਂਝ ਵੀ ਜਿਹੜਾ ਵਗਣ ਹੈ ਤੁਸੀਂ ਸਾਡਾ ਫਰਕ ਇਹਨਾਂ ਦਾ ਅੱਛਾ ਠੀਕ ਹੈ ਬਾਕੀ ਮਾਰਕੀਟ ਚੈੱਕ ਕੀਤੀਆਂ ਤੁਸੀਂ ਮਾਰਕੀਟ ਹਾਂਜੀ ਸਾਰੀ ਮਾਰਕੀਟ ਅਸੀਂ ਫਿਰ ਕੇ ਨਾਲੇ ਅਸਾਂ ਇਹਨਾਂ ਨੂੰ ਰਾਤੀਂ ਫੋਨ ਕੀਤਾ ਇਹਨਾਂ ਕਿਹਾ ਤੁਸੀਂ ਸੁਬਹਾ ਆ ਜਾਓ ਅੱਛਾ ਅਸੀਂ ਫਿਰ ਆਏ ਹਾਂ ਤੇ ਇਹਨਾਂ ਕਿਹਾ ਤਿਆਰ ਨੇ ਤੁਸੀਂ ਆ ਹੀ ਲੈ ਜਾਓ ਹਾਲ ਦੇ ਵਿੱਚ ਕਿਹੜੀ ਚੀਜ਼ ਦੇਖਣੀ ਚਾਹੀਦੀ ਸਰ ਜ਼ਿਮੀਦਾਰ ਨੂੰ ਕੋਈ ਦੱਸਣਾ ਚਾਹੋ ਹਾਲ ਕੋਈ ਵੀ ਖਰੀਦਣਾ ਚਾਹੇ ਤੁਹਾਡੇ ਇਲਾਕੇ ਸਪਰਿੰਗ ਥੱਲੇ ਵਾਲੀਆਂ ਚੱਲਦੀਆਂ ਕਈ ਉੱਤੇ ਸਪਰਿੰਗ ਸਾਡੇ ਉੱਤਰ ਸ਼ਦਾਬ ਵਾਲਿਆਂ ਦੀਆਂ ਲਾਣਾ ਨੂੰ ਕੁੱਪੇ ਵਾਲੀਆਂ ਪਿੱਛੇ ਕੁੱਪੇ ਲੱਗੇ ਠੀਕ ਹੈ ਉਹ ਲੇਕਿਨ ਭਾਰੀ ਚੱਲਦੀ ਆ ਹਾਲ ਭਾਰੀ ਚੱਲਦੀ ਆ ਉਹ ਭਾਰੀ ਚੱਲਦੀ ਡਸਕੇ ਵਾਲੇ ਵੀ ਸਾਡੇ ਉੱਥੇ ਬਣਦੀਆਂ ਨੇ ਉਹ ਨਿਹਰਾ ਵਜ਼ਨ ਥੱਪ ਛੱਡਦੇ ਨੇ ਗੱਡੀ ਮਗਰ ਭਾਰ ਹੀ ਨਿਹਰਾ ਹੁੰਦਾ ਚੱਲਣ 'ਚ ਕੋਈ ਸਵਾਦ ਹੁੰਦਾ ਅੱਛਾ 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 ਹਾਂ ਤੁਹਾਡੇ ਲਾਗੇ ਪਹਿਲਾਂ ਵੀ ਗਈਆਂ ਭਾਈ ਦਿਹਾੜੀਆਂ ਹਾਲ ਨਹੀਂ ਅਸੀਂ ਲੈ ਕੇ ਚੱਲੇ ਹਾਂ ਅੱਛਾ ਤੁਸੀਂ ਵੀਡੀਓ 'ਚ ਦੇਖਿਆ ਪਹਿਲਾਂ ਵੀਡੀਓ 'ਚ ਤੁਹਾਡੇ ਇੱਥੇ ਚੱਲਦੀ ਬਣਾਉਂਦੇ ਉਹ ਹੀ ਵੇਖੀ ਅਸਾਂ ਅੱਛਾ ਪਹਿਲੀ ਦਫਾ ਤੁਸੀਂ ਆਪਣੇ ਇਲਾਕੇ ਲੈ ਕੇ ਜਾ ਪਹਿਲੀ ਦਫਾ ਅਸੀਂ ਲੈ ਕੇ ਚੱਲੇ ਹਾਂ ਚਲੋ ਅੱਲਾ ਖੈਰ ਕਿ ਤੇ ਕਿਹੜੇ ਟਰੈਕਟਰ ਪਿੱਛੇ ਪਾਣੀ ਜੀ ਇਹ 375 ਹੈ 75 ਪਿੱਛੇ ਹਾਂਜੀ ਕਿੰਨੇ ਮਾਡਲ ਹੈ 10 ਮਾਡਲ 10 ਮਾਡਲ ਤੇ 75 13 ਫਾਲੇ ਜ਼ਿਆਤੀ ਨਹੀਂ 75 ਨਾ ਨਹੀਂ ਕੋਈ ਟੈਨਸ਼ਨ ਨਹੀਂ ਹਾਰ 60 ਫਾਲਾ ਰੂਟਰ ਪਾਇਆ ਉਹਦੇ ਪਿੱਛੇ ਅੱਛਾ 75 ਪਿੱਛੇ ਹਾਂਜੀ ਅਸੀਂ ਉਹ ਵੀ ਆਉਂਦੇ ਹਾਂ 66 ਫਾਲਾ ਬਣਵਾਉਣਾ ਵੇ ਛੋਟਾ ਬਣਵਾ ਲਿਆ ਅਸਾਂ ਅੱਛਾ ਹਾਂਜੀ ਤੇ ਅੱਗੇ ਵੀ 13 ਫਾਲੇ ਇਸਤੇਮਾਲ ਕੀਤੀ ਅੱਗੇ 11 ਹੀ ਕਰਨੇ ਆ ਅਸੀਂ ਅੱਛਾ ਪਹਿਲੀ ਦਫਾ 13 ਕੀਤੀ ਬਾਕੀ ਮਾਸ਼ਾਅੱਲਾ ਜਿਵੇਂ ਦੇ ਨੇ ਬੰਤਰ ਹੈ ਨਾ 75 ਨੂੰ ਪਤਾ ਹੀ ਹੋਣਾ ਮੇਰੇ ਮਹੱਲਾ ਹੈ ਨੇ ਕਿ ਨਹੀਂ ਕਿਉਂਕਿ ਹਾਂ ਮਹੱਲਾ ਨੇ ਬੇੜਾ ਵੀ ਜ਼ਿਆਦਾ ਅੱਗੇ 54 ਫਾਲਾ ਹੀ ਰੂਟਰ ਹੋਣਾ 60 ਫਾਲਾ ਬਣਵਾਇਆ ਉਹਦੇ ਨੇ ਅੱਛਾ ਤੇ ਸਾਨੂੰ ਕੋਈ ਟੈਨਸ਼ਨ ਨਹੀਂ ਉਹਦੇ ਰੁਪਈਏ ਦੀ ਵੀ ਆ ਆਓ ਤੇ ਹੁਣ ਤੁਸੀਂ ਪਾਓਗੇ ਤੇ ਪਤਾ ਲੱਗੇਗਾ ਬਾਕੀ ਹੁਣ ਤੇ 85 ਵੀ ਜਿਹੜਾ 11 ਫਾਲੇ ਵੀ ਖਿੱਚਣ ਲੱਗਾ ਨਾ ਔਖਾ ਹੁੰਦਾ ਆਹੋ ਉਹ ਕਿਚਾਂਕ ਚਾਂਜ ਹੀ ਫਰਕ ਹੁੰਦਾ ਨਿਹਰਾ ਬੰਦਾ ਉਹਨੇ ਤੇ ਫਿਰ ਬੰਦਾ 9 ਪਾਲੇ ਤੋਂ ਵੀ ਟਿਕਟ ਦਾ 20 ਵਜੇਗਾ 20 ਵਜੇਗਾ ਆਪਣੇ ਆਪਣੇ ਚਲਾਈ 'ਚ ਫਰਕ ਹੁੰਦਾ ਹੈ ਬਾਕੀ ਜ਼ਮੀਨ ਦਾ ਵੀ ਬੜਾ ਦਾਰੋਮਦਾਰ ਹੁੰਦਾ ਸਾਡੇ ਮਹਿਰਾ ਜ਼ਮੀਨ ਹੈ ਉਧਰ ਅੱਛਾ ਅੱਛਾ ਠੀਕ ਹੈ ਕਲਰ ਕੂਲਰ ਨਹੀਂ ਆਇਆ ਠੀਕ ਹੋ ਗਿਆ ਸਾਡੇ ਮਹਿਰਾ ਹੋਵੇ ਹਾਂ ਚਲੋ ਠੀਕ ਹੋ ਗਿਆ ਭਾਈ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਜੀ ਓਕੇ